ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਹੈ। 15, 16, 17, 18 ਮਈ ਇਹ 4 ਦਿਨ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ, ਹਰਿਆਣਾ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਪਿਆਰੇ ਹੋ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਵੀ ਆਪ ਜੀਆਂ ਨੇ 4 ਦਿਨ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚਣਾ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ 250 ਸਿੰਘ ਸ਼ਹੀਦ ਕਰਵਾਉਣੇ ਮਨਜ਼ੂਰ ਕਰ ਲਏ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਪਿਆਰ ਵਾਲਿਓ, ਗੁਰੂ ਕਲਗੀਧਰ ਪਿਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਔਰ ਪਿਤਾ ਜੀ ਦੇ ਕੋਲੋਂ ਝੋਲੀਆਂ ਭਰਵਾਉਣ ਦਾ ਸਮਾਂ। 4 ਦਿਨ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ। ਮੈਂ ਜਿਵੇਂ ਕਈ ਵਾਰੀ ਕੀਰਤਨ ਦੇ ਵਿੱਚ ਵੀ ਬੇਨਤੀ ਕਰਦਾ, ਸਤਿ ਸੰਗਤ ਜੀ, ਤੁਸੀਂ ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ। ਮੇਰੀ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵੇਂ ਵੀ ਛੱਡ ਕੇ 4 ਦਿਨ ਆਓ ਅੰਮ੍ਰਿਤ ਵੇਲੇ ਇਸ ਅਸਥਾਨ ਵਿਖੇ ਜੋ ਕਥਾ ਕੀਰਤਨ ਦੇ ਦੀਵਾਨ ਦੇ ਵਿੱਚ ਜੁੜੀਏ, ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਜਿਹੜੀ ਮਰਜ਼ੀ ਦਾਤ ਲੈ ਜਾਓ। ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਸੀਂ 4 ਦਿਨ ਅੰਮ੍ਰਿਤ ਵੇਲੇ ਆ ਕੇ ਹਾਜ਼ਰੀ ਭਰ ਲਓ। ਤੁਹਾਡੇ ਇੱਕ ਇੱਕ ਦੀ ਅਰਦਾਸ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕਬੂਲ ਕਰ ਲੈਣਗੇ। 4 ਦਿਨ 15, 16, 17, 18 ਮਈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ ਵਿਖੇ ਆਓ। ਸਾਰੇ ਜੁੜੀਏ, ਗੁਰੂ ਪਿਤਾ ਦੀਆਂ ਖੁਸ਼ੀਆਂ ਲਈਏ। ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ, ਔਰ ਇਸ ਸਮਾਗਮ ਦੀ ਜਾਣਕਾਰੀ ਦੇ ਲਈ ਤੁਹਾਡੇ TV ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਆਪ ਜੀ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗ ਜੀ, 20 ਤਰੀਕ ਆ ਰਹੀ ਹੈ, ਔਰ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਇਸ ਵਾਰੀ ਵੀ ਇਹ ਦੀਵਾਨ 7:30 ਤੋਂ 9:30 ਵਜੇ ਤੱਕ ਜੋ ਸਜਾਏ ਜਾਣਗੇ, ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨੇਮਰ ਬੇਨਤੀ ਕਰਦਾ, ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਇੱਥੇ ਖੇਡਦੇ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਔਰ ਵੇਖੋ ਕਿੱਡਾ ਪਿਆਰਾ ਇਹ ਅਸਥਾਨ ਹੈ। ਮੇਰੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ, ਆਪ ਜੀਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 20 ਤਰੀਕ ਨੂੰ ਰਾਤ ਨੂੰ 7 ਵਜੇ ਤੱਕ, ਲਾਸਟ 7 ਵਜੇ ਤੱਕ ਸਾਰੇ ਪਰਿਵਾਰਕ ਮੈਂਬਰਾਂ ਨੇ ਇਸ ਅਸਥਾਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਭੁੱਲਿਓ ਨਾ, ਅਸੀਂ 20 ਤਰੀਕ ਕਿਉਂ ਰੱਖਦੇ ਹਾਂ, ਜਿਵੇਂ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਸ਼ੁਰੂ ਕੀਤਾ ਸੀ, ਅਸੀਂ ਉਸੇ ਲੰਗਰ ਨੂੰ ਸਮਰਪਿਤ ਕਰਕੇ 20 ਤਰੀਕ ਇਹ ਰੱਖੀ ਹੋਈ ਹੈ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਜਿਹੜਾ ਵੀ 20 ਤਰੀਕ ਨੂੰ ਆ ਕੇ ਹਾਜ਼ਰੀ ਭਰਦਾ, ਉਹਦੇ ਘਰ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਗੁਰੂ ਨਾਨਕ ਲੰਗਰਾਂ ਦੀ ਤੋਟਾ ਨਹੀਂ ਰਹਿਣ ਦਿੰਦੇ। ਉਹਨਾਂ ਦੇ ਘਰਾਂ ਦੇ ਵਿੱਚ ਕਦੀ ਚੁੱਲ੍ਹੇ ਬੰਦ ਨਹੀਂ ਹੁੰਦੇ, ਇਹੋ ਜਿਹੀਆਂ ਬਰਕਤਾਂ ਪਾਉਂਦੇ ਨੇ। ਉਹਨਾਂ ਦੇ ਪਰਿਵਾਰ ਇਕੱਲਾ ਪੇਟ ਭਰ ਕੇ ਭੋਜਨ ਨਹੀਂ ਕਰਦੇ ਪਿਆਰੇ, ਉਹ ਉਹਨਾਂ ਨੂੰ ਕਈ ਕਈ ਹਜ਼ਾਰਾਂ ਹਜ਼ਾਰਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ, ਜਿਹੜੇ ਆ ਕੇ ਇਸ ਸਮਾਗਮ ਦੇ ਵਿੱਚ 20 ਤਰੀਕ ਨੂੰ ਕੌਲਸਰ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਨੇ। ਆਓ, ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਸਾਰੀ ਸੰਗਤ ਰਲ ਮਿਲ ਕੇ 7:30 ਤੋਂ 9:30 ਵਜੇ ਤੱਕ ਇਸ ਪਾਵਨ ਪਵਿੱਤਰ ਸਥਾਨ 'ਤੇ ਰਲ ਮਿਲ ਕੇ ਗੁਰੂ ਪਿਤਾ ਦੇ ਗੁਣ ਗਾਈਏ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਸਾਹਿਬ ਜੀ ਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਵੇਲੇ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਇਕੱਤਰਿਤ ਹੋਇਆ ਔਰ ਹੋ ਰਿਹਾ ਹੈ। ਥੋੜ੍ਹੇ ਜਿਹੇ ਪਰਿਵਾਰਕ ਮੈਂਬਰ ਅਸੀਂ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਇਸ ਜਗ੍ਹਾ ਦੇ ਉੱਤੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਬੈਠੇ ਹਾਂ। ਲਾਈਵ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਜੁੜੇ ਜਾਂ ਜਿਹੜੇ ਇੱਥੇ ਬੈਠੇ, ਸਭ ਤੋਂ ਪਹਿਲਾਂ ਸਿਰ ਝੁਕਾ ਕੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ, ਪ੍ਰਵਾਨ ਆਖੋ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਜਿਹੜੇ ਲਾਈਵ ਜੁੜੇ ਹੋ, ਯੂਟਿਊਬ ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ ਹੈ। ਬਚਨ ਮੰਨੋ, 15-15 20-20 50-50 ਨੂੰ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਰ ਵਾਧਾ ਹੋ ਸਕੇ। ਤੁਸੀਂ ਵੀ ਘਰ ਬੈਠਿਆਂ ਹੀ ਕਰੋੜਾਂ ਪੁੰਨ ਕਮਾ ਸਕੋ। ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰ ਦਿਓ ਔਰ ਫੋਨ ਕਰ ਕਰਕੇ ਕਹੋ ਬਈ ਸਮਾਗਮ ਲਾ, ਤੇਰੀ ਭਲਿਆਈ ਦੀਆਂ ਗੱਲਾਂ, ਤੇਰੇ ਪਰਿਵਾਰ ਦੀ ਭਲਿਆਈ ਦੀਆਂ ਗੱਲਾਂ ਹੋਣ ਲੱਗੀਆਂ ਨੇ ਅਤੇ ਜੁੜ ਕੇ ਬਹਿ। ਇਹ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰ ਦਿਆ ਕਰੋ ਔਰ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੈਠੇ ਗੁਰੂ ਰਾਮਦਾਸ, ਚਰਨਾਂ 'ਚ ਬੈਠੇ ਬਾਬਾ ਦੀਪ ਸਿੰਘ ਜੀ, ਕੁਝ ਕੁ ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਅਤੇ ਅੱਜ ਗੁਰੂ ਰਾਮਦਾਸ ਜੀ ਦੇ ਇਸ ਸਕੂਲ ਦੇ ਵਿੱਚੋਂ ਕੁਝ ਨਵੀਆਂ ਗੱਲਾਂ ਆਪਾਂ ਸਿੱਖ ਕੇ ਆਪਣੇ ਆਪਣੇ ਘਰਾਂ 'ਚ ਜਾਣਾ ਹੈ। ਆਓ ਬੜੇ ਪਿਆਰ 'ਚ ਸਾਰੇ ਹਾਜ਼ਰੀ ਲਾਇਓ ਪਹਿਲੇ ਜੀ। ਵਾਹਿਗੁਰੂ 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 ਵਾਹਿ
ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਵਾਹਿਗੁਰੂ 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 ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਖੋਸੀ ਵੀ ਸਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਰਬ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਕੋਸੀ ਵੀ ਸਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਰਬ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ ਸਭ ਕਿਛ ਮੈਨੂੰ
ਸੌਂਪਿਆ ਜਾਂ ਤੇਰਾ ਬੰਦਾ ਤੁਧ ਸਭ ਵਿੱਚ ਮੈਂ ਤੋ ਸੌਂਪਿਆ ਜਾਂ ਤੇਰਾ ਬੰਦਾ ਬੋਲ ਜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਉਂ ਮੋਹ ਛੱਡਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਉਂ ਮੋਹ ਛੱਡਦਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੱਡਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੱਡਦਾ ਲਖਮੀ ਤੋਟ ਨਾ ਆਵਈ ਹੈ ਖਰਚ ਰਹਿੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ ਜਾਂ ਖੁਦ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੱਡਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੱਡਦਾ ਮੇਰੇ ਵੱਲ ਹੈ ਤਾਂ ਕਿਆ ਮੋਹ ਛੱਡਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੱਡਦਾ ਵਾਹਿਗੁਰੂ 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 ਵਾਹਿਗੁਰੂ
ਧੰਨ ਬਾਬਾ।
ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ, ਜਿਹੜੀਆਂ ਅਸੀਂ ਬੇਨਤੀਆਂ ਰੋਜ਼ ਕਰਦੇ ਹਾਂ ਕਰੀਏ, ਔਰ ਇਹ ਬੇਨਤੀਆਂ ਬੜੀਆਂ ਤੁਹਾਡੇ ਕੰਮ ਆਉਂਦੀਆਂ ਨੇ, ਤੁਹਾਨੂੰ ਸਭ ਨੂੰ ਪਤਾ ਹੈ। ਲਾਈਫ ਦੇ ਵਿੱਚ, ਜੀਵਨ ਦੇ ਵਿੱਚ ਬੜੀ ਤਰੱਕੀ ਹੁੰਦੀ ਇਹਨਾਂ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਬੇਨਤੀਆਂ ਮੈਂ ਕਰਾਂ, ਉਸ ਤੋਂ ਪਹਿਲੇ ਫਿਰ ਮੈਂ ਦੁਹਰਾ ਦਿਆਂ, ਜਿਨ੍ਹਾਂ ਨੇ ਅਜੇ ਤੱਕ ਇਹ ਪ੍ਰੋਗਰਾਮ ਦਾ ਲਿੰਕ ਸ਼ੇਅਰ ਨਹੀਂ ਕੀਤਾ, ਕਿਰਪਾ ਕਰਕੇ ਅੱਗੇ ਤੋਂ ਅੱਗੇ ਕਰ ਦਿਓ, ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ, ਕਿਰਪਾ ਕਰਕੇ ਇਹ ਚੈਨਲ ਵੀ ਸਬਸਕ੍ਰਾਈਬ ਕਰ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਇਹ ਸਮਾਜ ਜਿੰਨਾ ਵੀ ਹੈ ਨਾ, ਤਕਰੀਬਨ 80% ਇਦਾਂ ਹੀ ਹੁੰਦਾ ਜੋ ਮੈਂ ਬੋਲਣ ਲੱਗਾ। ਇਹ ਸਮਾਜ ਸੁਖੀ ਬੰਦੇ ਨੂੰ ਸਤਿਕਾਰ ਨਹੀਂ ਦਿੰਦਾ, ਜਿਹੜਾ ਸੁਖੀ ਹੈ ਨਾ ਉਹਨੂੰ ਸਤਿਕਾਰ ਨਹੀਂ ਦੇਣਗੇ ਕਦੀ, ਜਿਹੜਾ ਖੁਸ਼ ਹੈ ਉਹਨੂੰ ਸਤਿਕਾਰ ਨਹੀਂ ਦੇਣਗੇ, ਉਹਨੂੰ ਆਦਰ ਮਾਨ ਨਹੀਂ ਦੇਣਗੇ ਕਦੀ ਵੀ। ਇਹ ਸੰਸਾਰ ਸੁਖੀ ਬੰਦੇ ਨੂੰ ਸਤਿਕਾਰ ਨਹੀਂ ਦਿੰਦਾ। ਤੁਹਾਡੇ ਘਰ ਵਿੱਚ ਕੋਈ ਮੁਸ਼ਕਲ ਦਾ ਸਮਾਂ ਆ ਜੇ, ਕੋਈ ਅੱਗ ਲੱਗ ਜੇ, ਕੋਈ ਮੁਸ਼ਕਲ, ਅੱਗ ਲੱਗਣ ਦਾ ਮਤਲਬ ਕੋਈ ਮੁਸ਼ਕਲ ਦਾ ਸਮਾਂ ਆ ਗਿਆ, ਤੇ ਉਸ ਵੇਲੇ ਸਾਨੂੰ ਭੂਤੀ ਪ੍ਰਗਟ ਕਰਨ ਵਾਸਤੇ, ਦੁੱਖ ਪ੍ਰਗਟ ਕਰਨ ਵਾਸਤੇ ਪਿਆਰੇ ਉਹ ਗੁਆਂਢੀ ਵੀ ਆ ਜਾਣਗੇ, ਜਿਨ੍ਹਾਂ ਨਾਲ ਨਹੀਂ ਵੀ ਬਣਦੀ ਨਾ ਕਈ ਵਾਰੀ ਉਹ ਵੀ ਆ ਜਾਣਗੇ। ਸਾਨੂੰ ਬੜਾ ਦੁੱਖ ਹੋਇਆ ਹੋਇਆ, ਦੁੱਖ ਕੋਈ ਨਹੀਂ ਉਹਨਾਂ ਨੂੰ, ਪਰ ਆ ਜਾਣਗੇ ਦਿਖਾਵਾ ਜਿਹਾ ਕਰਨ। ਸੁਣਿਓ, ਘਰ ਨੂੰ ਅੱਗ ਲੱਗ ਗਈ ਜਾਂ ਕੋਈ ਪ੍ਰੋਬਲਮ ਆ ਗਈ, ਸਾਨੂੰ ਭੂਤੀ ਪ੍ਰਗਟ ਕਰਨ ਵਾਸਤੇ ਪੂਰਾ ਕਈ ਵਾਰੀ ਇਲਾਕੇ ਦਾ ਇਲਾਕਾ ਇਕੱਠਾ ਹੋ ਜਾਂਦਾ। ਸੱਚਾਈ ਹੈ, ਦੁਸ਼ਮਣ ਵੀ ਆ ਜਾਂਦੇ ਨੇ, ਆਪਣਿਆਂ ਦੀ ਗੱਲ ਛੱਡੋ, ਕਈ ਵਾਰੀ ਪਰਾਏ ਵੀ ਆ ਜਾਂਦੇ। ਅੱਗ ਲੱਗੀ ਤੁਹਾਡੇ ਘਰ, ਦੁੱਖ ਦਾ ਸਮਾਂ ਆਇਆ, ਕਈ ਵਾਰੀ ਦਿਖਾਵਾ ਕਰਨ ਵਾਸਤੇ ਬੜੇ ਆ ਜਾਣਗੇ, ਪਰ ਕਦੀ ਨੋਟ ਕਰਨਾ, ਤੁਹਾਡੇ ਘਰ ਦੇ ਵਿੱਚ ਖੁਸ਼ੀ ਦੀ ਬੰਸਰੀ ਵੱਜਦੀ ਹੋਵੇ ਨਾ, ਖੁਸ਼ੀ ਦੀ, ਖੁਸ਼ੀ ਘਰ ਦੇ ਵਿੱਚ, ਕੋਈ ਖੁਸ਼ੀ ਦਾ ਸਮਾਂ ਹੈ, ਤੇ ਪਿਆਰੇ ਉਹ ਉਸ ਵੇਲੇ ਮਿੱਤਰ ਵੀ ਪਰਾਏ ਹੋ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦੇ ਘਰ ਵਿੱਚ ਖੁਸ਼ੀ ਕਿੱਥੋਂ ਆ ਗਈ? ਦੁੱਖ ਆਇਆ, ਤੇ ਦੁੱਖ ਦੇ ਵੇਲੇ ਦਿਖਾਵਾ ਕਰਨ ਆਉਣਗੇ, ਅੰਦਰੋਂ ਦੁਖੀ ਨਹੀਂ ਹੋਏ, ਦਿਖਾਵਾ ਕਰਨ ਜ਼ਰੂਰ ਆਉਣਗੇ, ਪਰ ਜਦੋਂ ਖੁਸ਼ੀ ਤੁਹਾਡੇ ਘਰ ਆਏਗੀ ਨਾ, ਅਸਲੀਅਤ ਦੇ ਵਿੱਚ ਉਹ ਦੁਖੀ ਹੋਣੇ ਸ਼ੁਰੂ ਹੋ ਜਾਣਗੇ। ਮਿੱਤਰ ਵੀ ਦੁਸ਼ਮਣ ਬਣ ਜਾਣਗੇ, ਸ਼ਤਰੂ ਤੇ ਸ਼ਤਰੂ ਰਹਿਣਗੇ ਹੀ ਰਹਿਣਗੇ, ਜਿਹੜੇ ਮਿੱਤਰ ਨੇ ਨਾ ਉਹ ਵੀ ਸ਼ਤਰੂ, ਉਹ ਵੀ ਦੁਸ਼ਮਣ ਬਣ ਜਾਣਗੇ। ਇਹ ਦੁਨੀਆਂ ਦੀ ਰੀਤ ਰੀਤ, ਪਰ ਜਿਹੜੇ ਅਸੀਂ ਸੰਗਤ ਕਰਦੇ ਹਾਂ ਸਾਡੇ ਵਿੱਚ ਇਹ ਕਮਜ਼ੋਰੀ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਕੋਈ ਤੁਹਾਡੇ ਤੋਂ ਅੱਗੇ ਵੱਧਦਾ ਕੋਈ ਸੁਖੀ ਬੰਦਾ ਵੇਖਦੇ ਹੋ ਨਾ, ਉਹਨੂੰ ਵੇਖ ਕੇ ਖੁਸ਼ ਹੋਵੋ, ਤਾਂ ਇਹ ਸੰਗਤ ਕਰਨ ਦਾ ਫਾਇਦਾ ਹੈ। ਤੇ ਜੇ ਕਿਸੇ ਦੇ ਉੱਤੇ ਕੋਈ ਮੁਸ਼ਕਲ ਦਾ ਸਮਾਂ ਬਣਿਆ ਨਾ, ਟਿੱਲ ਦਾ ਜ਼ੋਰ ਲਾ ਦਿਓ ਉਹਦੀ ਮੁਸ਼ਕਲ ਦੇ ਹੱਲ ਕਰਾਉਣ ਦੇ ਵਿੱਚ, ਟਿੱਲ ਦਾ ਜ਼ੋਰ, ਤਾਂ ਸੰਗਤ ਕਰਨ ਦਾ ਫਾਇਦਾ ਹੈ। ਤਾਂ ਹੀ ਆ 3 ਤੋਂ 4 ਜਾਂ ਰਾਤੀ 10 ਤੋਂ 11 ਜਿਹੜੇ ਪਰਿਵਾਰਕ ਮੈਂਬਰ ਜੁੜਦੇ ਹੋ ਪੀਟੀਸੀ ਸਿਮਰਨ ਤੇ, ਤਾਂ ਹੀ ਸਾਡੇ ਇਹ ਸੰਗਤ ਕਰਨ ਦਾ ਲਾਭ ਹੈ। ਅਸੀਂ ਦੂਜਿਆਂ ਤੋਂ ਵੱਖਰੇ ਹੋਈਏ ਇਸ ਕੰਮ ਦੇ ਵਿੱਚ, ਦੂਜਿਆਂ ਦੇ ਦੁੱਖ ਦੇ ਵਿੱਚ ਹਮਦਰਦੀ ਬਣੀਏ,
ਤੇ ਸੁੱਖ ਨੂੰ ਹੋਰ ਵੰਡਾ ਕੇ ਉਹਨਾਂ ਨੂੰ ਹੋਰ ਸੁੱਖ ਦੇਣ ਦਾ ਯਤਨ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਕੀ ਨਹੀਂ ਤੇ ਆਮ ਦੁਨੀਆਂ ਦੀ ਹਾਲਤ ਇਹ ਹੋਈ ਏ, ਤੁਹਾਡੇ ਘਰ ਜਰਾ ਜਿੰਨੀ ਖੁਸ਼ੀ ਆਈ, ਦੂਜਿਆਂ ਨੇ ਤੁਹਾਡੀ ਖੁਸ਼ੀ ਨੂੰ ਆਪਣਾ ਗਮ ਬਣਾ ਲੈਣਾ। ਮੈਂ ਇੱਕ ਦਿਨ ਮਹਾਂਪੁਰਖਾਂ ਦੇ ਕੋਲ ਬੈਠਾ ਸਾਂ, ਸਾਡੀ ਯਾਰੀ ਇਹਨਾਂ ਨਾਲ ਹੀ ਹੈ, ਹਾਸੇ ਖੇਡੇ ਵੀ ਇਹਨਾਂ ਨਾਲ, ਮਿੱਤਰਤਾ ਹੀ ਮਹਾਂਪੁਰਖਾਂ ਨਾਲ ਬੈਠਾ ਮੈਂ। ਕਹਿੰਦੇ ਜਰਾ ਜਿੰਨਾ ਬੰਦਾ ਮਸ਼ਹੂਰ ਹੋ ਜਾਏ ਨਾ, ਉਹਨੂੰ ਦੁਸ਼ਮਣ ਬਣਾਉਣੇ ਨਹੀਂ ਪੈਂਦੇ, ਦੁਸ਼ਮਣ ਆਪੇ ਭੀਖ ਦੇ ਵਿੱਚ ਮਿਲ ਜਾਂਦੇ ਨੇ, ਖੈਰਾਤ ਦੇ ਵਿੱਚ ਮਿਲ ਜਾਂਦੇ ਨੇ। ਬਸ ਫੇਮਸ ਹੋਣ ਦੀ ਗੱਲ ਏ, ਤੇਰੀ ਲੋਕ ਗੱਲ ਸੁਣਨ ਲੱਗ ਪਏ ਨੇ, ਦੁਸ਼ਮਣ ਤੇਰੇ ਐਟੋਮੈਟਿਕ ਤਿਆਰ ਹੋ ਜਾਣਗੇ, ਲੱਤਾਂ ਖਿੱਚਣ ਵਾਲੇ ਐਟੋਮੈਟਿਕ ਤਿਆਰ ਹੋ ਜਾਣਗੇ, ਤੇਰੀਆਂ ਗੱਲਾਂ ਬਣਾਉਣ ਵਾਲੇ ਐਟੋਮੈਟਿਕ ਤਿਆਰ ਹੋ ਜਾਣਗੇ। ਉਹ ਤੇ ਇੱਦਾਂ ਦਾ ਹੀ ਏ, ਪਰ ਕੋਲ ਆ ਕੇ ਕਦੀ ਵੇਖਿਆ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਕੋਲ ਆ ਕੇ ਬੰਦਾ ਵੇਖਦਾ ਫਿਰ ਤੇ ਉਹ ਕਹਿੰਦਾ ਯਾਰ ਇੱਥੇ ਤੇ ਸਰਬੱਤ ਦਾ ਭਲਾ ਹੈ, ਇੱਥੇ ਤੇ ਸੱਚਾਈ ਹੈ, ਇੱਥੇ ਤੇ ਜਿਹੜੀ ਗੱਲ ਅੰਦਰ ਉਹੀ ਬਾਹਰ, ਸਿੱਧੀ ਮੂੰਹ ਤੇ ਗੱਲ ਹੈ, ਸੱਚਾਈ ਕੋਈ ਝੂਠੀ ਗੱਲ ਹੈ ਹੀ ਨਹੀਂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ, ਤੇ ਜਿਹੜੇ ਏਦਾਂ ਦੇ ਦਿਖਾਵੇ ਦੇ ਆਪਣੇ ਬਣਦੇ ਆ ਨਾ, ਦਿਖਾਵੇ ਦੇ ਦੁੱਖ ਵਿੱਚ ਦਿਖਾਵੇ ਲਈ ਸ਼ਾਮਿਲ ਹੋ ਜਾਂਦੇ, ਇਹੋ ਜੇ ਆਪਣਿਆਂ ਤੋਂ ਸਾਵਧਾਨ ਦਿਆ ਕਰੋ, ਕਿਉਂਕਿ ਰਾਵਣ ਰਾਮ ਤੋਂ ਪਹਿਲਾਂ ਵਿਭੀਸ਼ਣ ਕੋਲੋਂ ਹਾਰਿਆ ਸੀ। ਵਿਭੀਸ਼ਣ ਕੋਲੋਂ ਘਰ ਦਾ ਭੇਤੀ ਲੰਕਾ ਢਾਏ। ਆਮ ਤੌਰ ਤੇ ਬੱਚਿਆਂ ਨੂੰ ਵੀ ਕਲਾਸਾਂ ਦੇ ਵਿੱਚ ਇਹ ਮੁਹਾਵਰਾ, ਇਹ ਕਹਾਵਤ ਪੜ੍ਹਾਈ ਜਾਂਦੀ ਹੈ। ਰਾਵਣ ਰਾਮ ਜੀ ਕੋਲੋਂ ਬਾਅਦ ਚੋਂ ਹਾਰਿਆ, ਪਹਿਲੇ ਤੇ ਘਰੋਂ ਹੀ ਹਾਰਿਆ ਸੀ, ਉਹਨੇ ਸਾਰੇ ਭੇਤ ਦੱਸੇ ਨੇ। ਇਹ ਮੇਰੀ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ ਪਿਆਰਿਓ, ਜਿਹੜੇ ਦਿਖਾਵੇ ਮਾਤਰ ਤੁਹਾਡੇ ਆਪਣੇ ਬਣਦੇ ਆ ਨਾ, ਚਲੋ ਨਫ਼ਰਤ ਨਾ ਕਰੋ, ਪਰ ਉਹਨਾਂ ਤੋਂ ਥੋੜ੍ਹਾ ਜਿਹਾ ਕਿਨਾਰਾ ਕਰੋ ਤੇ ਅਰਦਾਸ ਕਰੋ, ਦਾਤੇ ਇਹਨਾਂ ਨੂੰ ਵੀ ਸੁਮਤ ਦੇ ਦੇ, ਸੁਮਤ ਦੇ ਦੇ। ਸਾਵਧਾਨ ਜ਼ਰੂਰ ਰਹਿਣਾ, ਮਾਇੰਡ ਆਪਣਾ ਖੋਲ੍ਹ ਕੇ ਰੱਖਣਾ, ਕਿਤੇ ਤੇਰੀਆਂ ਆਹ ਗੱਲਾਂ ਦਾ ਕੋਈ ਮਿਸ ਯੂਜ਼ ਨਾ ਕਰ ਲਵੇ, ਇਹ ਚੀਜ਼ ਦਾ ਧਿਆਨ ਰੱਖਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇਰੇ ਖੁੱਲ੍ਹੇਪਨ ਦਾ ਕੋਈ ਮਿਸ ਯੂਜ਼ ਨਾ ਕਰ ਲੈ, ਆਹ ਚੀਜ਼ ਦਾ ਧਿਆਨ ਰੱਖਣਾ, ਧਿਆਨ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ, ਤੇ ਜਿਹੜੇ ਏਦਾਂ ਕਰਦੇ ਨੇ, ਮੰਨ ਲਓ ਦੂਜਿਆਂ ਦਾ ਬੁਰਾ ਕਰਦੇ ਨੇ, ਦੁੱਖ ਵਿੱਚ ਦਿਖਾਵੇ ਮਾਤਰ ਦੁਖੀ ਹੁੰਦੇ ਨੇ, ਜਦੋਂ ਤੁਹਾਡੇ ਘਰ ਖੁਸ਼ੀ ਆ ਗਈ, ਅੰਦਰੋਂ ਅਸਲੀਅਤ ਦੇ ਵਿੱਚ ਤੁਹਾਡੇ ਨਾਲ ਘਿਰਨਾ ਕਰਨ ਲੱਗ ਪੈਂਦੇ ਨੇ, ਅੰਦਰੋਂ ਦੁਖੀ ਹੋਣ ਲੱਗ ਪੈਂਦੇ, ਹਾਏ ਇਹਦੇ ਘਰ ਖੁਸ਼ੀਆਂ ਕਿੱਥੋਂ ਆ ਗਈਆਂ, ਨਫ਼ਰਤ ਕਰਨ ਲੱਗ ਪੈਂਦੇ ਨੇ, ਉਹ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਿਓ। ਪਤਾ ਕਿਹੜੀ ਚੀਜ਼? ਜਿਹੜੀ ਚੀਜ਼ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਨਾ, ਅੱਜ ਨਹੀਂ ਤੇ ਕੱਲ੍ਹ ਉਹ ਹੀ ਸਾਨੂੰ ਵਾਪਸ ਜ਼ਰੂਰ ਮਿਲਦੀ ਹੈ, ਆਹ ਚੀਜ਼ ਦਾ ਧਿਆਨ ਰੱਖਣਾ। ਜਿਹੜੀ ਚੀਜ਼ ਅਸੀਂ ਦੂਜਿਆਂ ਨੂੰ ਦਿੱਤੀ ਹੈ ਨਾ, ਅੱਜ ਨਹੀਂ ਤੇ ਕੱਲ੍ਹ ਉਹ ਸਾਨੂੰ ਵਾਪਸ ਜ਼ਰੂਰ ਮਿਲਦੀ ਹੈ, ਭਾਵੇਂ ਉਹ ਸਨਮਾਨ ਹੋਵੇ, ਸਤਿਕਾਰ ਹੋਵੇ, ਪਿਆਰ ਹੋਵੇ, ਨਫ਼ਰਤ ਹੋਵੇ, ਤੇ ਭਾਵੇਂ ਹੋਵੇ ਧੋਖਾ। ਹੈ ਜੀ, ਜੋ ਅਸੀਂ ਦੂਜਿਆਂ ਨੂੰ ਦਿੱਤੀ ਹੈ ਨਾ, ਅੱਜ ਨਹੀਂ ਤੇ ਕੱਲ੍ਹ ਵਾਪਸ ਜ਼ਰੂਰ ਮਿਲਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਤਾਂ ਕਰਕੇ ਇਹ ਬੇਨਤੀਆਂ ਕਰਦਾ ਕਿ ਅਸੀਂ ਇਹ ਚੀਜ਼ਾਂ ਤੋਂ ਸਾਵਧਾਨ ਹੋਣਾ ਹੈ, ਸਾਡੇ ਅੰਦਰ ਇਹ ਕਮਜ਼ੋਰੀਆਂ ਨਾ ਹੋਣ। ਜੇ ਦੁਨੀਆਂ ਜੋ ਕਰਦੀ ਅਸੀਂ ਕਰਨ ਲੱਗ ਪਏ, ਫਿਰ ਸਾਡੀ ਸੰਗਤ ਕਰਨ ਦਾ ਕੀ ਫਾਇਦਾ ਹੋਇਆ? ਸਾਡਾ ਅੰਮ੍ਰਿਤ ਵੇਲੇ ਉੱਠੇ ਦਾ ਕੀ ਫਾਇਦਾ ਹੋਇਆ? ਸਾਡਾ ਕੀਰਤਨ ਕਰਨ ਦਾ, ਕੀਰਤਨ ਸੁਣਨ ਦਾ ਕੀ ਫਾਇਦਾ ਹੋਇਆ? ਜੇ ਦੂਜਿਆਂ ਵਾਲੀਆਂ ਚੀਜ਼ਾਂ ਸਾਡੇ ਵਿੱਚ ਰਹਿਣੀਆਂ ਨੇ, ਕੁੱਝ ਨਾ ਕੁੱਝ ਤੇ ਨਿਰਾਲਾਪਣ ਚਾਹੀਦਾ ਨਾ।
ਦੁਨੀਆਂ ਦੇ ਲੋਕ ਕਈਆਂ ਦੀ ਬੁਰਿਆਈ ਕਰਦੇ ਨੇ, ਤੁਹਾਡਾ ਇਹ ਸੁਭਾਅ ਹੋਵੇ ਜਿੱਥੇ ਦੂਜੇ ਦੀ ਬੁਰਿਆਈ ਹੋਣ ਲੱਗੇ ਉੱਥੋਂ ਕਿਨਾਰਾ ਕਰ ਲਓ ਵੀ ਮੈਨੂੰ ਬੜਾ ਜ਼ਰੂਰੀ ਕੰਮ ਹੈ, ਮੈਂ ਚੱਲੀ ਹਾਂ ਜਾਂ ਚੱਲੇ ਹਾਂ। ਤੁਹਾਡੀ ਇੰਨੀ ਕੁ ਗੱਲ ਨਾਲ ਕਿੰਨੇ ਔਗਣਾਂ ਤੋਂ ਤੁਸੀਂ ਬਚ ਜਾਓਗੇ, ਕਿੰਨੀਆਂ ਬੁਰਿਆਈਆਂ ਸੁਣਨ ਤੋਂ ਕਰਨ ਤੋਂ ਬਚ ਜਾਓਗੇ। ਆਹ ਨਵੇਕਲੇਪਣ ਜ਼ਰੂਰ ਲਿਆਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਔਰ ਜਿਹੋ ਜੀ ਸੋਚ ਤੁਸੀਂ ਰੱਖਦੇ ਹੋ ਨਾ ਦੂਜਿਆਂ ਦੇ ਬਾਰੇ, ਚੰਗੀ ਮੰਦੀ ਜਿਹੋ ਜੀ ਮਰਜ਼ੀ ਰੱਖ ਲਓ, ਇਹ ਸਾਡੇ ਉੱਤੇ ਨਿਰਭਰ ਕਰਦੀ ਹੈ ਗੱਲ। ਦੂਜਿਆਂ ਦੇ ਬਾਰੇ ਜਿਹੋ ਜੀ ਤੁਹਾਡੀ ਸੋਚ ਹੋਏਗੀ, ਉਹੋ ਜੀ ਸੋਚ ਦੂਜਿਆਂ ਦੇ ਅੰਦਰ ਵੀ ਤੁਹਾਡੇ ਪ੍ਰਤੀ ਬਣਨ ਲੱਗ ਪਏਗੀ। ਉਹੋ ਜੀ ਸੋਚ ਵਾਈਬ੍ਰੇਸ਼ਨ ਦਾ, ਸੁਰਤੀ ਦਾ ਬੜਾ ਪਿਆਰਾ ਤਲਕ ਹੈ। ਤਲਕ ਜਿਹੋ ਜੀ ਸੋਚ ਤੁਸੀਂ ਦੂਜਿਆਂ ਪ੍ਰਤੀ ਰੱਖੋਗੇ, ਉਹੋ ਜੀ ਦੂਜਿਆਂ ਦੇ ਅੰਦਰ ਵੀ ਤੁਹਾਡੇ ਪ੍ਰਤੀ ਸੋਚ ਬਣੇਗੀ। ਇਹ ਮੇਰੀ ਬੇਨਤੀ ਹੈ। ਇਹਦਾ ਮਤਲਬ ਪਤਾ ਕੀ, ਜਿਹੋ ਜੀ ਸੋਚ ਤੁਸੀਂ ਆਪਣੇ ਲਈ ਚਾਹੁੰਦੇ ਹੋ ਨਾ, ਆਪਣੇ ਲਈ ਜਿਹੋ ਜੀ ਸੋਚ ਕਿ ਦੂਜਾ ਮੇਰੇ ਬਾਰੇ ਏਦਾਂ ਸੋਚੇ, ਜਿਹੋ ਜੀ ਸੋਚ ਤੁਸੀਂ ਆਪਣੇ ਲਈ ਚਾਹੁੰਦੇ ਹੋ, ਇਹੋ ਜੀ ਸੋਚ ਦੂਜਿਆਂ ਦੇ ਬਾਰੇ ਰੱਖਣੀ ਸ਼ੁਰੂ ਕਰ ਦਿਓ। ਫਿਰ ਵੇਖਿਓ ਤੁਹਾਨੂੰ ਏਦਾਂ ਮਹਿਸੂਸ ਹੋਏਗਾ, ਨਹੀਂ ਯਾਰ ਜੋ ਮੈਂ ਗੁਰਬਾਣੀ ਚ ਪੜ੍ਹਿਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜਦੋਂ ਦਾ ਮੈਂ ਇਹ ਚੀਜ਼ ਤੇ ਚੱਲਣਾ ਸ਼ੁਰੂ ਕੀਤਾ, ਮੈਨੂੰ ਤੇ ਏਦਾਂ ਲੱਗਣ ਲੱਗ ਪਿਆ ਗੁਰੂ ਰਾਮਦਾਸ ਤੇ ਮੇਰੇ ਹਰ ਕਾਰਜ ਵਿੱਚ ਸਹਾਇਤਾ ਕਰਨ ਲੱਗ ਪਏ ਨੇ ਜੀ। ਬਾਬਾ ਦੀਪ ਸਿੰਘ ਤੇ ਮੇਰੇ ਅੰਗ ਸੰਗ ਵਰਤਣ ਲੱਗ ਪਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਮੇਰੀ ਬੇਨਤੀ, ਜਿਹੋ ਜੀ ਸੋਚ ਤੁਸੀਂ ਆਪਣੇ ਲਈ ਚਾਹੁੰਦੇ ਹੋ ਨਾ ਦੂਜਿਆਂ ਦੇ ਅੰਦਰ ਆਵੇ, ਉਹੋ ਜੀ ਸੋਚ ਤੁਸੀਂ ਦੂਜਿਆਂ ਪ੍ਰਤੀ ਵੀ ਆਪਣੇ ਅੰਦਰ ਲਿਆਉਣੀ ਸ਼ੁਰੂ ਕਰਦੇ ਹੋ। ਐਵੇਂ ਨੀ ਮਹਾਰਾਜ ਨੇ ਸਿਖਾਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ, ਐਵੇਂ ਨੀ ਸਿਖਾਇਆ ਮਹਾਰਾਜ ਨੇ, ਇਸੇ ਵਾਸਤੇ ਸਿਖਾਇਆ, ਇਸੇ ਵਾਸਤੇ ਵੀ ਚੰਗੀ ਸੋਚ ਰੱਖ, ਸੋਚ ਵਿੱਚ ਬਦਲਾਵ ਲਿਆ, ਸੋਚ ਵਿੱਚ ਤਬਦੀਲੀ ਲਿਆ, ਸੋਚ ਦੇ ਵਿੱਚ ਬਦਲਾਵ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸੋਚ ਨੂੰ ਬਦਲੀਏ, ਸੋਚ ਦੇ ਨਾਲ ਹੀ ਬੜੀਆਂ ਚੀਜ਼ਾਂ ਬਦਲ ਜਾਂਦੀਆਂ ਨੇ। ਆਪ ਸਭਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਵਿੱਚ ਗੁਰੂ ਬਾਬਾ ਨਾਨਕ ਜੀ ਦੇ ਪਿਆਰੇ ਮਿੱਠੜੇ ਬੋਲ 143 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦਰਜ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਬੜੇ ਪਿਆਰ ਦੇ ਵਿੱਚ ਸ਼ਬਦ ਗਾਇਓ ਮੇਰੇ ਨਾਲ ਨਾਲ, ਪੜ੍ਹਿਓ ਨਾਲ ਨਾਲ, ਤੇ ਇਹਦੇ ਵਿੱਚ ਕੀ ਸੁਮਤ ਦਿੱਤੀ ਮਾਰਨ ਨੇ ਸਤਿਗੁਰੂ ਸੇਵਾ ਲੈਣ। ਫਿਰ ਨਿਮਰਤਾ ਸਹਿਤ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਲਿੰਕ ਸ਼ੇਅਰ ਨਹੀਂ ਕੀਤਾ, ਅੱਗੇ ਤੋਂ ਅੱਗੇ ਕਰ ਦਿਓ ਜੀ, ਚੈਨਲ ਸਬਸਕ੍ਰਾਈਬ ਕਰ ਲਓ ਔਰ ਵੱਧ ਤੋਂ ਵੱਧ ਸੰਗਤ ਨੂੰ ਜੋੜੋ। ਮੈਂ ਤਾਂ ਕਰਕੇ ਵਿੱਚ ਵਿੱਚ ਬੋਲਦਾ, ਜੋੜਨ ਦਾ ਕੰਮ, ਪੁੰਨ ਬਣਾਉਣ ਦਾ ਕੰਮ ਹੈ। ਵੱਧ ਤੋਂ ਵੱਧ ਜੋੜੋ, ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸਮਾਗਮ ਸ਼ੇਅਰ ਕਰੋ, ਕਰਿਓ ਕਿਰਪਾ ਪਿਆਰ ਨਾਲ ਜੀ ਸਾਰਿਆਂ। ਸਤਿਗੁਰ ਖੋਟਿਓ ਖਰੇ ਕਰੇ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਹੋ ਸ਼ਬਦ ਸਵਾਰਣ ਹਾਰ,
ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਹਾਰ, ਸਤਿਗੁਰ ਖੋਟਿਓ ਖਰੇ ਕਰੇ, ਬੋਲੋ ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ, ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਪਰਖਣ ਹਾਰੇ, ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰੇ, ਆਪੇ ਪਰਖਣ ਹਾਰੇ, ਆਪੇ ਪਰਖਣ ਹਾਰ, ਸ਼ਬਦ ਸਵਾਰਣ ਸਵਾਰਣ ਹਾਰ, ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਹਾਰ, ਸਾਰੇ ਆਪਣ ਜੀ ਧੰਨ ਬਾਬਾ ਦੀਪ ਸਿੰਘ ਜੀ, ਖਰੇ ਖਜਾਨੇ ਪਾਈਏ, ਖੋਟੇ ਸੱਟੀਏ ਬਾਹਰ ਬਾਰ, ਖਰੇ ਖਜਾਨੇ ਪਾਈਏ, ਖੋਟੇ ਸੱਟੀਏ ਬਾਹਰ ਬਾਰ, ਖੋਟੇ ਸੱਚੀ ਤਰੀਕੇ
ਸਤੀਏ ਕਿਸ ਆਗੇ ਕਰੇ ਪੁਕਾਰੇ ਖੋਟੇ ਸੱਚੀ ਦਰਗਹਿ ਸੁੱਟੀਏ ਕਿਸ ਆਗੇ ਕਰੇ ਪੁਕਾਰੇ ਕਿਸ ਆਗੇ ਕਰੇ ਪੁਕਾਰੇ ਕਿਸ ਆਗੇ ਕਰੇ ਪੁਕਾਰੇ ਸ਼ਬਦ ਸਵਾਰਣ ਖਰੇ ਕਰੇ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਣ ਹਾਰ ਓ ਸ਼ਬਦ ਸਵਾਰਣ ਹਾਰ ਸ਼ਬਦ
ਸੱਚੀ ਤਰੀਕੇ ਮੰਨੀਅਨ ਗੁਰ ਕੇ ਪ੍ਰੇਮ ਪਿਆਰ ਸੱਚੀ ਤਰੀਕੇ ਮੰਨੀਅਨ ਗੁਰ ਕੇ ਪ੍ਰੇਮ ਪਿਆਰ ਗਣਿਤ ਤਿਨਾਂ ਦੀ ਕੋ ਕਿਆ ਕਰੇ ਬਖਸ਼ੇ ਕਰਤਾਰ ਗਣਿਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਜੋ ਆਪ ਬਖਸ਼ੇ ਕਰਤਾਰ ਜੋ ਆਪ ਬਖਸ਼ੇ ਕਰਤਾਰ ਸ਼ਬਦ ਸਵਾਰਣ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਣ ਸ਼ਬਦ ਸਵਾਰਣ ਹਾਰ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਦ ਨਿਵਾਰੇ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਦ ਨਿਵਾਰੇ ਸੁਖ ਸਾਗਰ ਗੁਰ ਦਿਓ ਹੈ ਸੁਖ ਦੇ ਮੇਲ ਲਏ ਦੁਖਿਆਂ ਨੇ ਗੁਰ ਪੂਰਾ ਨਿਰਵੈਰ ਹੈ ਬੋਲੋ ਗੁਰ ਪੂਰਾ ਨਿਰਵੈਰ ਹੈ ਸਾਰੇ ਬੋਲੋ ਜੀ ਗੁਰ ਪੂਰਾ ਨਿਰਵੈਰ ਹੈ ਸਾਰੇ ਬੋਲੋ ਜੀ ਜੀ ਗੁਰ ਪੂਰਾ ਨਿਰਵੈਰ ਹੈ ਸਤਿਗੁਰ ਸਪਨਾ ਦਾ ਭੱਲਾ ਮਨਾਏਗਾ ਸਤਿਗੁਰ ਸਪਨਾ ਦਾ ਭੱਲਾ ਮਨਾਏਗਾ ਸਤਿਗੁਰ ਨਾਨਕ ਨਾਮ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ
ਸੰਤੇ ਇੱਕ ਨੂਰ ਤੇ ਸਰ ਜਗੇ ਉਪਜਿਆ ਕੌਰ ਬੜੇ ਭਵੰਤੇ ਗੁਰਪੁਰਾ ਨਿਰਵੈਰ ਖੈ ਕੋਈ ਬੋਲੇ ਨਾਮ ਰਾਮ ਕੋਈ ਕਿਰਪਾ ਧਾਰ ਰਹੀਮ ਗੁਰਪੁਰਾ ਨਿਰਵੈਰ ਹੈ ਬੋਲੋ ਗੁਰਪੁਰਾ ਨਿਰਵੈਰ ਹੈ ਬੋਲੋ ਜੀ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਬਾਬਾ ਦੀਪ ਸਿੰਘ ਜੀ 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 ਗੁਰਪੁਰਾ ਨਿਰਵੈਰ ਨਿੰਦਕ ਦੋਖੀ ਕੇ ਮੁਖ ਤਾਰੇ ਗੁਰਪੁਰਾ ਨਿਰਭਉ ਸਦਾ ਜਨਮ ਮਰਨ ਜਮ ਡਰੇ ਉਤਾਰੇ ਸਤਿਗੁਰ ਪੁਰਖ ਸੁਜਾਣ ਹੈ ਵੱਡੇ ਅਜਾਣ ਮੁਕਤ ਨਿਸਤਾਰੇ ਸਤਿਗੁਰਿਆਂ ਕੋ ਜਾਣੀਏ ਪਾਪ ਪਕੜ ਅੰਧਲੇ ਉਧਾਰੇ ਮਾਣ ਤੇ ਮਾਣ ਸਤਿਗੁਰ ਨਿਖਾਰੇ ਗੁਰਪੁਰਾ ਨਿਰਵੈਰ ਹੈ ਨਿਰਵੈਰ ਕੇ ਨਿੰਦਕ ਦੋਖੀ ਬੇਮੁਖ ਤਾਰੇ ਸਤਿਗੁਰ ਖੋਟੇ ਓ ਖਰੇ ਕਰੇ ਸਤਿਗੁਰ ਖੋਟੇ ਸ਼ਬਦਪੁਰ ਸਰਵਣੇ ਸੁਣੇ ਵਿਖਦੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣੇ ਨੋਹੋ ਹੋਇਓ ਨਾਲ ਮਦਲ ਸਤਿਗੁਰ ਜਲ ਧਾਨੇ ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋਂ ਸਿਰਖਣ ਸਤਿਗੁਰ ਕੀਓ ਦੁੱਖ ਦਰਿਦ ਤਿਲਕੇ ਗਏ ਸਤਿਗੁਰ ਚੰਚਨ ਪਲਸੇ ਆਸੇ ਪਸ ਪਰੇ ਸੁਰਨਾ ਦੇ ਪਾਏ ਸਤਿਗੁਰ ਖੋਟਿਓ ਸਤਿਗੁਰ ਖੋਟਿਓ ਖਰੇ ਕਰੇ ਸਤਿਗੁਰ ਖੋਟਿਓ ਖਰੇ ਕਰੇ ਸਤਿਗੁਰ ਖੋਟਿਓ ਖਰੇ ਕਰੇ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਤੂੰ ਮੇਰਾ ਧੰਨ
ਪਾਤੇ ਜੀਓ ਪਿੰਡ ਜਿਨ ਸੁਖ ਦੀਏ ਤਾਂਹੇ ਨਾ ਜਾਣਤ ਤਤ ਲਾਹਾ ਮਾਇਆ ਕਾਰਣੇ ਤੈ ਦਿਸ ਢੂੰਡਣੇ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਕ ਨਾ ਮਨੇ ਬਸਾਏ ਲਾਲਚ ਝੂਠ ਵਿਕਾਰ ਮੋ ਆਸਮ ਪੈ ਮਨ ਮਾਹੇ ਸਾਡੀ ਹਾਲਾਤ ਦੱਸੀ ਪਹਿਲੇ ਲੰਬਟ ਚੋਰ ਨਿੰਦਕ ਮਹਾ ਤਿੰਨ ਹੋ ਸੰਗ ਬਿਖਾਏ ਹੁਣ ਗੁਰੂ ਰਾਮਦਾਸ ਕਾਉ ਤੁਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੇ ਤੁਧ ਭਾ ਖੋੜ ਦੇਵੇ ਖੋੜੇ ਸੰਗ ਕਰੇ ਤੂੰ ਖੋਟਿਆਂ ਨੂੰ ਵੀ ਬਖਸ਼ ਦੇਣਾ ਖੋਟਿਆਂ ਨੂੰ ਵੀ ਚੰਗਿਆਂ ਦਾ ਸੰਗ ਕਰਾ ਕੇ ਉਹਨਾਂ ਦੇ ਵੀ ਗੁਨਾਹਾਂ ਦੇ ਚਿੱਠੇ ਪਾੜ ਦੇਣਾ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਸੰਗ ਜੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ ਦੰਦਾਂ ਦੇ ਇਲਾਜ ਅੱਖਾਂ ਦੇ ਇਲਾਜ ਅਲਟਰਾਸਾਊਂਡ ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਚੱਲ ਰਹੀ ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਅਸੀਂ ਜਿਹੜੇ ਸੁਣਦੇ ਹਾਂ ਰੋਜ਼ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ
ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ, ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ, ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ,
ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 9815-9813-98150-89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ਿਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।